ਪੰਜਾਬ ਵਾਲੇ ਟੋਲਾਂ 'ਤੇ ਤਾਂ ਪਹਿਲਾਂ ਹੀ ਪੈਂਦੇ ਹੁੰਦੇ ਸੀ ਕਾਂ, ਅਤੇ ਅੱਜ ਕੱਲ੍ਹ ਹਰਿਆਣੇ ਦਿਆਂ 'ਤੇ ਵੀ ਪੈਣ ਲੱਗ ਗਏ। ਅੱਜ ਪੂਰੇ ਭਾਰਤ ਨੂੰ ਟੋਲ ਫ੍ਰੀ ਕਰਨਾ ਸੀ ਅਤੇ ਫਿਰ ਹਰਿਆਣੇ ਵਾਲਿਆਂ ਨੇ ਨੱਪ ਲਈ ਸੰਘੀ ਟੋਲ ਦੀ ਆਪਣੇ ਵਾਲੇ ਦੀ। ਬਈ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕਿ ਹਰਿਆਣਾ ਪੂਰਾ ਡਟ ਕੇ ਨਾਲ ਆ, ਅਤੇ ਹੁਣ ਇੱਕ ਝੰਡੇ ਦਾ ਰੋਹਬ ਆ ਨਾ ਜਿਹੜਾ, ਉਹ ਵੱਖਰਾ ਬਣ ਗਿਆ। ਅੱਜ ਕੱਲ੍ਹ ਦਿੱਲੀ ਦੇ ਮੁੰਡੇ ਵੀ ਝੰਡੇ ਦੀ ਇੱਜ਼ਤ ਕਰਨ ਲੱਗ ਗਏ। ਉਹਨਾਂ ਨੂੰ ਪਤਾ ਹੈ ਕਿ ਕਿਰਤੀ ਕਿਸਾਨ ਯੂਨੀਅਨ ਦਾ ਝੰਡਾ ਲਾਓ ਤਾਂ ਟੋਲ ਨਹੀਂ ਲੱਗਦਾ, ਤਾਂ ਜੇ ਇਹ ਪ੍ਰਚਾਰ ਝੰਡੇ ਦਾ ਅਤੇ ਝੰਡੇ ਦੀ ਇੱਜ਼ਤ ਐਵੇਂ ਚੱਲਦੀ ਰਹੀ ਨਾ 5-7 ਦਿਨ ਹੋਰ, ਤਾਂ ਪੂਰੇ ਦੇਸ਼ ਦੇ ਵਿੱਚ ਝੰਡਾ ਜਿਹੜਾ ਉਹ ਬਹੁਤ ਕੁਛ ਕਰ ਦੂਗਾ। ਆ ਜਾਓ ਮੈਂ ਤੁਹਾਡੀ ਹਰਿਆਣੇ ਵਾਲਿਆਂ ਨਾਲ ਗੱਲਬਾਤ ਕਰਾਉਣਾ ਕਿ ਉਹਨਾਂ ਨੇ ਕਿਵੇਂ ਨੱਪੀ ਸੰਘੀ, ਅਤੇ ਨਾਲੇ ਧੰਨਵਾਦ ਦੇ ਤੌਰ 'ਤੇ ਹੀ ਹਰਿਆਣੇ ਵਾਲਿਆਂ ਨੂੰ ਵੀ ਸ਼ੇਅਰ ਕਰ ਦਿਓ, ਦੱਬ ਕੇ ਬਾਈ ਬਣ ਕੇ ਪੂਰਾ ਕੈੜਾ ਕਰ ਦਿਓ ਕੰਮ ਸ਼ੇਅਰ ਵਾਲਾ। ਪਹਿਲਾਂ ਪੰਜਾਬ ਦੇ ਵਿੱਚ ਟੋਲ ਨਾਕੇ ਸਾਰੇ ਬੰਦ ਕੀਤੇ ਗਏ, ਹਰੇਕ ਨੂੰ ਟੋਲ ਫ੍ਰੀ ਕੀਤਾ ਗਿਆ। ਫਿਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜੋ ਧਰਨਾ ਸ਼ੁਰੂ ਹੋਇਆ ਤਾਂ ਆਪਣਾ ਝੰਡਾ ਹੀ ਲਾਇਸੈਂਸ ਬਣਿਆ, ਜਿਹਦੇ ਝੰਡਾ ਲੱਗਿਆ ਹੋਇਆ ਉਹਨੂੰ ਟੋਲ ਫ੍ਰੀ ਜਿੱਧਰ ਨੂੰ ਮਰਜ਼ੀ ਜਾਵੇ, ਬਸ ਕਿਸਾਨ ਮੋਰਚਾ ਕਹਿਣ ਦੀ ਲੋੜ ਆ। ਹੁਣ ਉਸ ਤੋਂ ਅਗਲਾ ਸਟੈਪ ਇਹ ਹੋਇਆ ਕਿ ਅੱਜ ਪੂਰੇ ਦੇਸ਼ ਦੇ ਟੋਲ ਨਾਕੇ ਫ੍ਰੀ ਕੀਤੇ ਗਏ, ਅੱਜ ਪੂਰੇ ਦੇਸ਼ ਦਾ ਟੋਲ ਫ੍ਰੀ ਕੀਤਾ ਗਿਆ ਪੂਰੇ ਦੇਸ਼ ਨੂੰ। ਹਰਿਆਣੇ ਦੇ, ਅਸੀਂ ਦਿੱਲੀ ਤੋਂ ਨਿਕਲਦੇ ਹਰਿਆਣੇ ਦਾ ਪਹਿਲਾ ਟੋਲ ਨਾਕਾ ਆਉਂਦਾ ਇਹ, ਜਦੋਂ ਟਿੱਕਰੀ ਬਾਰਡਰ ਤੋਂ ਆਉਂਦੇ ਹਾਂ ਉਦੋਂ ਪਹਿਲਾ ਨਾਕਾ ਆਉਂਦਾ ਇਹ। ਆ ਜਾਓ ਆਪਾਂ ਗੱਲਬਾਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਮੈਂ ਇਹ ਪੁੱਛਣਾ ਚਾਹੁੰਦਾ ਵੀ ਆਹ ਜਿਹੜਾ ਟੋਲ ਆ ਇਹ ਅੱਜ ਹੀ ਬੰਦ ਹੋਇਆ? ਅੱਜ ਹੀ ਬੰਦ ਕਰਿਆ। ਅੱਜ ਹੀ ਬੰਦ ਕੀਤਾ? ਬੰਦ ਨਹੀਂ ਕਰਿਆ, ਇਹ ਟੋਲ ਫ੍ਰੀ ਕਰਿਆ ਹੈ। ਟੋਲ ਫ੍ਰੀ ਕੀਤਾ? ਹਾਂ, ਬੰਦ ਨਹੀਂ ਕਰਿਆ। ਇਹ ਮਤਲਬ ਹੁਣ ਕਿੰਨੇ ਚਿਰ ਵਾਸਤੇ ਰਹੂਗਾ ਕਿ ਅੱਜ ਦਾ ਦੇਣੀ ਰਹੂਗਾ? ਆਜ਼ਾਦ ਰਹੇਗਾ, ਲੇਕਿਨ ਹਮ ਤੋ ਨਹੀਂ ਉਤਾਵਾ ਜੋ ਇਤਨਾ ਰਹਿ ਇਤਨਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਬਹੁਤ ਦਿਨ ਹੀ ਨਹੀਂ ਗਏ ਅਗਵਾਈ ਹਮਨੇ ਜੋ ਸਾਰੇ ਕਾਨੂੰਨ ਵਾਪਿਸ ਲੈ ਲਏ ਜੀ। ਅਤੇ ਇੱਕ 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 ਬੇਨਤੀ ਹੋਰ ਆ ਮੇਰੀ ਵੀ ਜਦੋਂ ਕਿਸੇ ਨੇ ਇੱਥੇ ਤੁਸੀਂ ਆਏ ਇੱਥੇ ਟੋਲ ਫ੍ਰੀ ਕੀਤਾ ਅਤੇ ਕਿਸੇ ਨੇ ਤੜੀ ਫੜੀ ਨਹੀਂ ਕੀਤੀ? ਨਾ ਨਾ ਨਾ, ਸਭ ਸਾਥ ਹੈ, ਤੜੀ ਫੜੀ ਕੋਈ ਨਹੀਂ ਕਰਦਾ, ਸਭ ਸਾਥ ਹੈ। ਕਹਤੇ ਮਾਂਜਿਆ ਗਾਮ ਤਰੇ ਸਾਥ ਹੈ, ਕਿਸਾਨੋ ਵੀ ਸਾਥ ਹੈ। ਠੀਕ ਆ, ਆਮ ਜਨਤਾ ਸਾਥ ਹੈ। ਕਿਸੇ ਨੇ ਕੋਈ ਪੁਲਿਸ ਬੁਲਾਉਣ ਦੀ ਜਾਂ ਹੋਰ ਕੋਸ਼ਿਸ਼ ਨਹੀਂ ਕੀਤੀ? ਪੁਲਿਸ ਵੀ ਮਾਰੀ ਹੈ, ਕਿਸਾਨ ਹਮ ਕਿਸਾਨ ਕੇ ਬੱਚੇ ਪੁਲਿਸ ਹੈ। ਠੀਕ ਆ ਜੀ, ਠੀਕ ਆ। ਅਤੇ ਮੈਂ ਵੈਸੇ ਗੱਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿਸਾਨ ਹੋਣ ਦੇ ਨਾਤੇ, ਚੈਨਲ ਵੱਲੋਂ ਵੀ, ਦਰਸ਼ਕਾਂ ਵੱਲੋਂ ਵੀ। ਇਹ ਹਰਿਆਣਾ ਜੇ ਸਾਥ ਨਾ ਦਿੰਦਾ ਤਾਂ ਸ਼ਾਇਦ ਇੰਨਾ ਵੱਡਾ ਅੰਦੋਲਨ ਨਾ ਬਣਦਾ, ਇਹ ਜਿੱਤ ਦੇ ਨੇੜ ਨਾ ਜਾਂਦਾ। ਨਹੀਂ, ਹਰਿਆਣਾ ਸਾਥ ਕਿਉਂ ਨਹੀਂ ਦਿੰਦਾ? ਹਰਿਆਣਾ ਵੀ ਤਾਂ ਕਿਸਾਨ ਹੈ, ਬਹੁਤ ਕਿਸਾਨ ਹੈ ਜੀ, ਕਿਸਾਨ ਸਾਥ ਹੈ, ਬਹੁਤ ਬਹੁਤ ਵੱਡਾ ਤੁਹਾਡਾ ਇਹ ਸਾਥ ਆ। ਮੈਂ ਇਸ ਵਕਤ ਪੂਰੇ ਪੰਜਾਬੀਆਂ ਵੱਲੋਂ ਵੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਦੋਨੇ ਭਰਾ ਭਰਾ ਪੰਜਾਬ ਹਰਿਆਣਾ, ਉਹ ਚੀਜ਼ ਨੂੰ ਹਰਿਆਣੇ ਨੇ ਸਾਬਤ ਕੀਤਾ, ਹਰਿਆਣੇ ਦੇ ਕਿਸਾਨਾਂ ਨੇ ਸਾਬਤ ਕਰਤਾ ਕਿ ਤੁਸੀਂ ਕਿਸਾਨ ਹੈ। ਇਸ ਗੱਲ ਲਈ ਧੰਨਵਾਦੀਆਂ ਤੁਹਾਡੇ। ਹਰਿਆਣਾ ਕਿਸਾਨ ਸਾਥ ਹੈ, ਪੰਜਾਬ ਦਾ ਵੀ ਸਾਥ ਹੈ, ਯੂਪੀ ਦਾ ਵੀ ਸਾਥ ਹੈ, ਪੂਰੇ ਦੇਸ਼ ਦਾ ਕਿਸਾਨ ਸਾਥ ਹੈ। ਉਹ 14 ਤਰੀਕ ਨੂੰ ਕੀ ਪ੍ਰੋਗਰਾਮ ਆ ਹੁਣ? 14 ਤਾਰੀਖ ਕੋ ਹਰ ਜੋ ਇਹ ਛੋਟੇ ਮੋਟੇ ਬੀਜੇਪੀ ਕੇ ਆਦਮੀ ਹੈ ਜੀ, ਜਿਹਨੂੰ ਕਿ ਹਮ ਨੇਤਾ ਬਣ ਰਹੇ ਹਾਂ ਜੀ, ਉਨਕਾ ਘੇਰਾਓ ਕਰਾਂਗੇ ਔਰ ਡੀਸੀ ਕੋ ਗਾਪਨ ਦੇ। ਕੀ ਬਾਤ ਹੈ ਜੀ, ਠੀਕ ਹੈ ਜੀ, ਸਲੂਟ ਕਰਦੇ ਹਾਂ ਜੀ ਤੁਹਾਨੂੰ, ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਤੁਸੀਂ ਇੱਥੇ ਦੇਖ ਰਹੇ ਆ ਇਸ ਵਕਤ ਇਹ ਹਰਿਆਣੇ ਦੇ ਕਿਸਾਨਾਂ ਦੀ ਬਾਦਸ਼ਾਹਤ ਆ, ਕਿਸਾਨਾਂ ਦੇ ਝੰਡੇ ਦੀ ਬਾਦਸ਼ਾਹਤ ਆ। ਕਹਿੰਦੇ ਵੀ ਕੋਈ ਤੜੀ ਫੜੀ ਨਹੀਂ ਕੀਤੀ ਕਿਸੇ ਨੇ, ਜਦੋਂ ਕਿਸਾਨ ਆ ਗਏ ਤੇ ਸਾਰੇ ਐਨ ਸੁਸਰੀ ਵਾਂਗੂ ਸੌਂ ਗਏ। ਕਹਿੰਦੇ ਭਾਈ ਕੋਈ ਗੱਲ ਨਹੀਂ, ਤੁਸੀਂ ਆਪਦਾ ਰੋਸ ਪ੍ਰਦਰਸ਼ਨ ਕਰਨਾ ਜਿਵੇਂ ਮਰਜ਼ੀ ਕਰ ਲਓ। ਜਾਂ ਮੈਂ ਇਹ ਗੱਲ ਦੀ ਕਿਸਾਨ ਵੀਰਾਂ ਨੂੰ ਵਧਾਈ ਵੀ ਦਿੰਦਾ ਕਿ ਅੱਜ ਜਿਹੜਾ ਟੋਲ ਫ੍ਰੀ ਦਾ ਜਿਹੜਾ ਸੀਗਾ ਨਾ ਕੰਮ, ਆਪਾਂ ਇੱਕ ਮਿਸ਼ਨ ਸੀਗਾ ਆਪਣਾ ਟੋਲ ਫ੍ਰੀ ਦਾ, ਉਹ ਪੂਰੀ ਕਾਮਯਾਬੀ ਦੇ ਨਾਲ ਚੱਲ ਰਿਹਾ, ਇਸ ਗੱਲ ਦੀ ਵਧਾਈ ਵੀ ਦਿੰਦਾ। ਅਗਲੀ ਜੋ ਰਣਨੀਤੀ ਕਿਸਾਨਾਂ ਦੀ ਹੋਊਗੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ, ਜੋ ਅੱਗੇ ਮਾਹੌਲ ਬਣੂਗਾ, ਜੋ ਕੋਈ ਸਰਕਾਰ ਦੀ ਗਤੀਵਿਧੀ ਹੋਊਗੀ ਤੁਹਾਨੂੰ ਪਹਿਲ ਦੇ ਆਧਾਰ 'ਤੇ ਇਸ ਚੈਨਲ 'ਤੇ ਮਿਲੇਗੀ। ਜਿਉਂਦੇ ਵਸਦੇ ਰਹੋ, ਬਹੁਤ ਬਹੁਤ ਧੰਨਵਾਦ।